ਇਹ ਬਹੁਤ ਹੀ ਛੋਟੀ ਹਰਕਤ ਆ ਜਿਹੜੀ ਉਹਨਾਂ ਦੇ ਪੋਲੀਟੀਕਲ ਲੋਕਾਂ ਨੇ ਕੀਤੀ ਆ, ਉਹ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਕੀਤੀ। ਮੈਨੂੰ ਇਹ ਵਿਸ਼ਵਾਸ ਆ ਵੀ ਸੁਖਬੀਰ ਸਿੰਘ ਬਾਦਲ ਮਾਫ਼ੀ ਵੀ ਮੰਗੇਗਾ ਅਤੇ ਸੁਖਬੀਰ ਸਿੰਘ ਬਾਦਲ ਇਹ ਪਾਰਟੀ ਨੂੰ ਪਾਰਟੀ ਇਹ ਜਿਹੜੇ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਵੀ ਹਰਕਤ ਕੀਤੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢੇਗਾ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਅਕਾਲੀਆਂ ਵੱਲੋਂ ਕਾਲਖ ਲਗਾਉਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਸਾਂਸਦ ਰਵਨੀਤ ਬਿੱਟੂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਧੋਇਆ ਤੇ ਅਕਾਲੀਆਂ ਤੇ ਜੰਮ ਕੇ ਭੜਾਸ ਕੱਢੀ। ਕਰਨ ਵੀ ਕੀ ਉਹਨਾਂ ਦੀ ਰਾਜਨੀਤੀ ਹੁਣ ਬੁੱਤਾਂ ਨਾਲ ਛੇੜਖਾਨੀ ਦੀ ਰਹਿ ਗਈ? ਕੀ ਗੱਲ ਉਹ ਮੈਦਾਨਾਂ ਦੇ ਮੈਦਾਨ ਦੇ ਵਿੱਚੋਂ ਬਿਲਕੁਲ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਜਦੋਂ ਦੀ ਹੋਈ ਆ, ਸਾਰੇ ਪੰਜਾਬ ਦੇ 2 ਕਰੋੜ ਲੋਕਾਂ ਨੇ ਅਕਾਲੀ ਦਲ ਦੇ ਮੂੰਹ 'ਤੇ ਕਾਲਤ ਫੋਰੀ ਹੋਈ ਆ, ਪੱਕੀ ਕਾਲਸ ਆ ਜਿਹੜੀ ਅਕਾਲੀ ਦਲ ਦੇ ਮੂੰਹ 'ਤੇ ਫਿਰੀ ਹੋਈ ਆ। ਪਰ ਉਹ ਅਜੇ ਵੀ ਮੈਂ ਸਮਝਦਾ ਉਹਨਾਂ ਨੂੰ ਇਹ ਸੁਰਤ ਨਹੀਂ ਆਏ ਵੀ ਲੋਕਾਂ ਨੇ ਨਕਾਰੇ ਹੋਏ, ਲੋਕਾਂ ਨੇ ਦਿਖੋਵਰ ਦਕਾਰੇ ਹੋਏ ਜਿਹੜੇ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ। ਦੁੱਖ ਹੋਇਆ, ਕਦੇ ਲੁਧਿਆਣੇ ਦੇ ਵਿੱਚ ਇਹੋ ਜਿਹੀ ਗੱਲ ਕਦੇ ਦੇਖਣ ਨੂੰ ਨਹੀਂ ਮਿਲੀ ਸੀ, ਪੰਜਾਬ 'ਚ ਦੇਖਣ ਨੂੰ ਨਹੀਂ ਮਿਲੀ ਸੀ ਜਿਹੜੀ ਹਰਕਤ ਉਰੇ ਦੇ ਅਕਾਲੀ ਦਲ ਦੇ ਲੀਡਰਾਂ ਨੇ ਕੀਤੀ ਆ, ਜਿਹੜੇ ਬਹੁਤ ਹੀ ਛੁੱਟ ਬਈਆ, ਜਿਹੜੇ ਬਹੁਤ ਹੀ ਛੋਟੇ, ਮੈਂ ਸਮਝਦਿਆਂ ਐਡੀਆਂ ਛੋਟੀਆਂ ਹਰਕਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੀਡੀਆ 'ਚ ਲਿਆਉਣ ਲਈ, ਕਿਤੇ ਨਾ ਕਿਤੇ ਆਪਣੇ ਟੀ ਵੀ 'ਤੇ ਫੋਟੋਆਂ ਲਿਆਉਣ ਲਈ ਇਹ ਹਰਕਤ ਹੋਈ ਆ, ਅਤੇ ਮੈਂ ਸਮਝਦਾ ਲੋਕ ਇਸ ਨੂੰ ਰਿਜੈਕਟ ਕਰਦੇ ਆ ਅਤੇ ਲੋਕ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਜੇ ਹਿੰਮਤ ਆ, ਜੇ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਆ ਕੇ ਮੈਦਾਨ 'ਚ ਲੜਾਈ ਲੜੋ। ਇੱਕ ਬੁੱਤ ਨਾਲ ਛੇੜਖਾਨੀ ਕਰਦੇ ਹੋ, ਫਿੰਡੇ ਮੂੰਹ ਤੁਹਾਡੇ। ਦੇਖੋ ਕਾਨੂੰਨ 100% ਆਪਣੀ ਕਾਰਵਾਈ ਆ ਜਿਹੜੀ ਉਹ ਕਰੇਗਾ, ਅਤੇ ਕੰਪਲੇਂਟ ਜਿਹੜੀ ਆ ਉਹ ਸਾਰੇ ਮੀਡੀਆ ਰਾਹੀਂ ਹਰ ਚੀਜ਼ ਆ ਜਿਹੜੀ ਇਕੱਲੀ ਸਭ ਦੇ ਮੂਹਰੇ ਆ, ਉਹ ਤਾਂ ਐਡੇ ਸੂਰਮੇ ਆ ਵੀ ਉਹ ਵੀਡੀਓ ਪਾ ਰਹੇ ਆ। ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਵੀ ਇੱਕ ਬੁੱਤ ਨਾਲ ਛੇੜਖਾਨੀ ਕਰਕੇ ਕੋਈ ਉਹ ਸ਼ਹੀਦ ਆ ਜਿਹੜੇ ਟੁਕੜੇ ਬੰਬ ਨਾਲ ਉਡਾਇਆ ਸੀ, ਤੁਸੀਂ ਉਹਦੀ ਬੁੱਤ ਨਾਲ ਛੇੜਖਾਨੀਆਂ ਕਰਦੇ ਹੋ? ਭੈ ਲੱਗਦਾ ਕਾਂਗਰਸੀਆਂ ਦੇ ਮੂਹਰੇ ਆਉਣ ਨੂੰ? ਆਓ ਮੁਕਾਬਲਾ ਕਰੋ ਮੈਦਾਨ 'ਚ, ਹੈ ਹਿੰਮਤ ਹੈ ਜਾਨ ਤਾਂ ਕਰੋ ਮੁਕਾਬਲਾ। ਪਰ ਇਹ ਮੈਨੂੰ ਇਹ ਵਿਸ਼ਵਾਸ ਆ ਵੀ ਸੁਖਬੀਰ ਸਿੰਘ ਬਾਦਲ ਮਾਫ਼ੀ ਵੀ ਮੰਗੇਗਾ ਅਤੇ ਸੁਖਬੀਰ ਸਿੰਘ ਬਾਦਲ ਇਹ ਪਾਰਟੀ ਨੂੰ ਇਹ ਜਿਹੜੇ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਵੀ ਹਰਕਤ ਕੀਤੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢੇਗਾ, ਤਾਂ ਮਾੜੀ ਮੋਟੀ ਮੈਂ ਸਮਝਦਾ ਜਿਹੜੀ ਆ ਲੋਕਾਂ ਦੇ ਵਿੱਚ ਛਵੀ ਆ ਉਹ ਬਚ ਸਕਦੀ ਆ। ਨਹੀਂ, ਇਹ ਜਾਪਦਾ ਏ, ਇਹ ਜਾਪੂਗਾ ਵੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਇਹ ਬਹੁਤ ਹੀ ਛੋਟੀ ਹਰਕਤ ਆ ਜਿਹੜੀ ਉਹਨਾਂ ਦੇ ਪੋਲੀਟੀਕਲ ਲੋਕਾਂ ਨੇ ਕੀਤੀ ਆ, ਉਹ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਕੀਤੀ। ਜਾਪਦਾ ਕੀ ਕੀਤੀ ਆ? ਜੇ ਸੁਖਬੀਰ ਸਿੰਘ ਬਾਦਲ ਮਾਫ਼ੀ ਨਹੀਂ ਮੰਗਦਾ ਤਾਂ 100% ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਇਹ ਇਹੋ ਜਿਹੀ ਹਰਕਤ ਆ ਜਿਹੜੀ ਉਹਦੇ ਪੋਲੀਟੀਕਲ ਲੋਕਾਂ ਨੇ ਕੀਤੀ ਆ। ਪੁਲਿਸ ਲਗਾਤਾਰ ਇਸ ਗੱਲ ਨਾਲ ਇਨ ਟੱਚ ਆ, ਅਸੀਂ ਵੀ ਪੁਲਿਸ ਦੇ ਨਾਲ ਇਨ ਟੱਚ ਹਾਂ ਕਿ ਕਿਸ ਤਰੀਕੇ ਨਾਲ ਇਹੋ ਜਿਹੇ ਲੋਕਾਂ ਨੂੰ ਜਿਹੜੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਪੰਜਾਬ ਦੀ, ਨੂੰ ਏਜੰਸੀਆਂ ਦੇ ਥਰੂ ਇਹਨਾਂ ਦੀ ਵੈਰੀਫਿਕੇਸ਼ਨਾਂ ਵੀ ਹੋਣੀਆਂ ਚਾਹੀਦੀਆਂ ਵੀ ਇਹ ਕੌਣ ਥੋੜ੍ਹਾ ਜਿਹਾ ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਆ ਉਹ ਵੀ ਹੋਣੀ ਚਾਹੀਦੀ ਆ, ਅਤੇ ਇਸ ਚੀਜ਼ਾਂ ਤੋਂ ਬਚਣਾ ਚਾਹੀਦਾ। ਇਹ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਖਤਮ ਕਰਦੀ ਹੈ, ਅਤੇ ਇਸ ਚੀਜ਼ਾਂ ਤੋਂ ਇਹ ਅਕਾਲੀ ਦਲ ਨੂੰ ਬਚਾਅ ਰੱਖਣਾ ਚਾਹੀਦਾ। ਪਹਿਲਾਂ ਵੀ ਮੂੰਹ ਤੋੜ ਲੋਕਾਂ ਨੇ ਜਵਾਬ ਦਿੱਤਾ, ਆਉਣ ਵਾਲੇ ਦਿਨਾਂ 'ਚ ਫਿਰ ਸਜ਼ਾ ਦੇਣਗੇ ਜੇ ਇਹ ਹਰਕਤਾਂ ਜਾਰੀ। ਉੱਥੇ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਨਾਲ ਇਸ ਨੂੰ ਸਾਫ਼ ਕੀਤਾ ਅਤੇ ਅਕਾਲੀ ਦਲ ਦੇ ਇਸ ਕੰਮ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਆਓ ਸੁਣਦੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ। ਮੈਨੂੰ ਮਨੀਲਾ ਤੋਂ ਫੋਨ ਆਇਆ ਸਾਡੇ ਦੋਸਤ ਦਾ ਵੀ ਇਹ ਰਾਜੀਵ ਗਾਂਧੀ ਜੀ ਦੇ ਬੁੱਤ 'ਤੇ ਕੀ ਹੋਇਆ, ਇਹ ਕਾਲ ਕਿਵੇਂ ਹੋ ਰਹੀ ਆ। ਮੈਨੂੰ ਉਸੇ ਟਾਈਮ ਮੈਂ ਮਰਾਫਟ ਨਹਾਇਆ ਧੋਇਆ ਤਿਆਰ ਹੋਇਆ, ਮੈਂ ਲੋਕਾਂ ਨੂੰ ਫੋਨ ਕੀਤਾ ਵੀ ਆਓ ਭਾਈ ਮੇਰੇ ਨਾਲ, ਆਓ ਭਾਈ, ਕੋਈ ਨਹੀਂ ਮੇਰੇ ਆਉਣ ਨੂੰ ਤਿਆਰ ਨਹੀਂ ਹੋਇਆ ਵੀ ਕਿਤੇ ਜਾਣਾ ਅਸੀਂ ਸਵੇਰਾ ਠੰਡਾ ਜੇ ਆ ਵੋ ਆ। ਮੈਂ ਆਪਣੇ ਬੇਟੇ ਨੂੰ ਕਿਹਾ ਗੱਡੀ ਕਰਦੇ ਵੀ ਜਾ ਤੂੰ ਮੋਟਰਸਾਈਕਲ ਕੱਢ ਵੀ ਫਟਾਫਟ ਆਪਾਂ ਚੱਲੀਏ, ਵੀ ਮੇਰੇ ਦਿਲ 'ਚ ਰਹਿ ਨਹੀਂ ਹੋਇਆ ਵੀ ਮੈਂ ਕਿਹਾ ਵੀ ਮੈਂ ਰਾਜੀਵ ਗਾਂਧੀ ਦਾ ਪੱਕਾ ਸਿਪਾਹੀ ਹਾਂ, ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ, ਗਾਂਧੀ ਪਰਿਵਾਰ ਨੂੰ ਮੈਂ ਸਤਿਕਾਰ ਕਰਦਾ, ਸਾਡੇ ਰਾਹੁਲ ਗਾਂਧੀ ਜੀ, ਪ੍ਰਿੰਕਾ ਜੀ, ਸ਼੍ਰੀਮਤੀ ਸੋਨੀਆ ਗਾਂਧੀ ਜੀ, ਵੀ ਜਿਹੜਾ ਇਹ ਕੰਮ ਕੀਤਾ ਉਹਨਾਂ ਨੇ ਘੋਰ ਨਿੰਦਾ ਕਰਦਾ, ਮੈਂ ਉਹਨਾਂ ਦੇ ਅਕਾਲੀ ਦਲ ਵਾਲਿਆਂ ਦੀ ਅਕਾਲੀ ਦਲ ਦਾ ਪਰਚਾ ਦਰਜ ਹੋਣਾ ਚਾਹੀਦਾ। ਮੈਂ ਤੁਰਤ ਇੱਥੇ ਆਇਆ, ਮੈਂ ਆਪਣੀ ਪਗੜੀ ਉਤਾਰ ਕੇ ਪਗੜੀ ਉਤਾਰ ਕੇ ਸਾਫ਼ ਕੀਤਾ, ਦੁੱਧ ਮੰਗਾ ਕੇ ਧੋਤਾ ਸ਼੍ਰੀ ਰਾਜੀਵ ਗਾਂਧੀ ਦਾ ਬੁੱਤ। ਮੈਂ ਇਹਨਾਂ ਨੂੰ ਸਤਿਕਾਰ ਕਰਦਾ ਦਿਲੋਂ, ਸਾਡੇ ਜਿਹੜੇ ਕਾਂਗਰਸੀ ਨਾਟਕਬਾਜ਼ ਕਾਂਗਰਸੀ ਨੇ, ਮੈਂ ਉਹਨਾਂ ਨੂੰ ਕਹਿਣਾ ਜੇ ਸੱਚੇ ਸੀਗੇ ਉਹਦਾ ਕਮੀਜ਼ ਉਤਾਰ ਕੇ ਉਹਦਾ ਕਮੀਜ਼ ਉਤਾਰ ਕੇ ਕਰਦੇ, ਇੱਥੇ ਕੋਈ ਨਾਟਕਬਾਜ਼ ਕਰਦੇ ਨੇ ਅੱਜ ਕਿੱਥੇ ਖੜ੍ਹੇ ਨੇ? ਜਿਹੜੇ 2-4 ਬੰਦੇ ਇੱਥੇ ਕਾਂਗਰਸੀ ਆਏ ਨੇ ਉਹ ਕਿਉਂ ਨਹੀਂ ਕਰ ਰਹੇ ਉਹਦਾ ਕਮੀਜ਼ ਉਤਾਰ? ਜੇ ਉਹ ਹਤੈਸ਼ੀ ਸੀਗੇ ਇੰਨੇ ਆਪਣਾ ਕਮੀਜ਼ ਉਤਾਰ ਕੇ ਕਰਦੇ ਉਹ? ਮੈਂ ਆਪਣੀ ਪੱਗ ਉਤਾਰੀ ਹੈ ਨਾ, ਮੈਂ ਜੁੱਤੀਆਂ ਉਤਾਰ ਕੇ ਉਹਦੀ ਸਦਾ ਸ਼ਰਧਾ ਨਾਲ ਉੱਥੇ ਗਿਆ ਵਾਂ, ਬੁੱਤ 'ਤੇ ਸਫਾਈ ਕੀਤੀ ਆ।
ਇਹ ਲੋਕ ਸਭ ਜਿਹੜੇ ਸਾਡੇ ਕਾਂਗਰਸ ਦੇ ਬੰਦੇ ਆ ਇਹ ਨਾਟਕਬਾਜ਼ੀ ਕਰਦੇ ਆ, ਸਵਾਏ ਪੈਸਿਆਂ ਤੋਂ ਕੋਈ ਕੰਮ ਨਹੀਂ ਕਰ ਰਹੇ। ਮੈਂ ਟਕਸਾਲੀ ਕਾਂਗਰਸੀ ਹਾਂ ਅਤੇ ਸ਼ਰਧਾ ਨਾਲ ਸਤਿਕਾਰ ਨਾਲ ਆਇਆ, ਸਭ ਤੋਂ ਪਹਿਲਾਂ ਮੈਂ ਆਇਆ ਅਤੇ ਜਾਂ ਬਾਊ ਜੀ ਸਾਡੇ ਆਏ ਪਹਿਲਾਂ ਆਇਆ। ਮੈਂ ਕਾਂਗਰਸ ਪਾਰਟੀ ਦਾ ਦੇ ਸਤਿਕਾਰ ਵਜੋਂ ਆਇਆ, ਰਾਹੁਲ ਗਾਂਧੀ ਦੇ ਸਤਿਕਾਰ ਵਜੋਂ, ਸ਼੍ਰੀ ਰਾਜੀਵ ਗਾਂਧੀ ਸਤਿਕਾਰ ਵਜੋਂ ਮੈਂ ਇਹਨਾਂ ਦੇ ਪਰਚਾ ਚੁਕਾਉਣਾ ਚਾਹੁੰਦਾ ਵੀ ਇਹਨਾਂ ਦੇ ਸਰਕਾਰ ਵੀਡੀਓ ਰਾਜੀਵ ਗਾਂਧੀ ਜੀ ਭਾਵਨਾ ਨਾਲ ਠੇਸ ਪਹੁੰਚੀ ਹੈ। ਮੈਂ ਇਹਨਾਂ ਦੇ ਪਰਚਾ ਦਾ ਚੁਕਾਉਣਾ, ਮੇਰੇ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ, ਤੁਰੰਤ ਪਰਚਾ ਦਰਜ ਹੋਣਾ ਚਾਹੀਦਾ, ਕੋਈ ਨਾਟਕਬਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹਨਾਂ ਅਕਾਲੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹਾ ਅਪਮਾਨਜਨਕ ਕੰਮ ਕਰਨ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਨਾਲ ਹੀ ਕੈਪਟਨ ਨੇ ਪੁਲਿਸ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ।